ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅਮਨਦੀਪ ਰਾਏ ਪਿੰਡ ਸਰੀ ਤੋਂ ਤੁਹਾਡਾ ਸਭ ਦਾ ਵੈਲਕਮ ਕਰਦੀ ਹਾਂ ਮੇਰੇ ਚੈਨਲ ਕੁਕਿੰਗ ਵਿਦ ਫਤਿਹਜ਼ ਮੋਮ 'ਤੇ। ਸੋ ਫਰੈਂਡਸ, ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਟੇ ਅਤੇ ਗੁੜ ਦੇ ਬਿਸਕਿਟ। ਇਹਦੇ ਵਿੱਚ ਅਸੀਂ ਕੋਕੋਨਟ ਵੀ ਪਾਇਆ। ਬਹੁਤ ਹੀ ਟੇਸਟੀ ਬਣਦੇ ਆ ਔਰ ਹੈਲਥੀ ਤਾਂ ਹੁੰਦਾ ਹੀ ਹੈ, ਕਿਉਂਕਿ ਅਸੀਂ ਇਹਦੇ ਵਿੱਚ ਇੱਕ ਤਾਂ ਮੈਦਾ ਨਹੀਂ ਪਾਇਆ, ਦੂਜੀ ਸ਼ੂਗਰ ਨਹੀਂ ਪਾਈ। ਜੇ ਤੁਹਾਨੂੰ ਆਟੇ 'ਤੇ ਸ਼ੂਗਰ ਵਾਲੇ ਬਿਸਕਿਟ ਚਾਹੀਦੇ ਜਾਂ ਸੂਜੀ ਵਾਲੇ ਬਿਸਕਿਟ ਦੀ ਰੈਸਿਪੀ ਚਾਹੀਦੀ ਹੈ, ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ 'ਚ ਦੇ ਦੂੰਗੀ, ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ। ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਸਟਾਰਟ ਕਰਦੇ ਆਪਣੀ ਅੱਜ ਦੀ ਰੈਸਿਪੀ, ਗੁੜ ਅਤੇ ਆਟੇ ਵਾਲੇ ਬਿਸਕਿਟ। ਜੇਕਰ ਤੁਸੀਂ ਮੇਰੀਆਂ ਵੀਡੀਓਜ਼ ਦੇਖਣਾ ਪਸੰਦ ਕਰਦੇ ਹੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮੇਰੀਆਂ ਨਵੀਆਂ ਆਉਣ ਵਾਲੀਆਂ ਵੀਡੀਓਜ਼ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ। ਹੁਣ ਸਭ ਤੋਂ ਪਹਿਲਾਂ ਅਸੀਂ ਇੱਥੇ ਮਿਕਸਿੰਗ ਬੋਲ ਦੇ ਵਿੱਚ ਲੈ ਰਹੇ ਹਾਂ 1 ਕੌਲੀ ਦੇਸੀ ਘਿਓ ਦੀ। ਘਿਓ ਅਸੀਂ ਰੂਮ ਟੈਂਪਰੇਚਰ 'ਤੇ ਲਵਾਂਗੇ, ਜ਼ਿਆਦਾ ਜੰਮੇ ਜਾਂ ਪਿਘਲਿਆ ਨਹੀਂ ਹੋਣਾ ਚਾਹੀਦਾ। ਹੁਣ ਉਹਦੇ ਬਾਅਦ ਅਸੀਂ ਇੱਥੇ ਐਡ ਕਰ ਰਹੇ ਹਾਂ 2 ਕੌਲੀਆਂ ਸ਼ੱਕਰ। ਇੱਥੇ ਅਸੀਂ ਗੁੜ ਦੀ ਜਗ੍ਹਾ 'ਤੇ ਗੁੜ ਵਾਲੀ ਸ਼ੱਕਰ ਲਵਾਂਗੇ। ਇਹਨਾਂ ਦੇ ਨਾਲ ਬਿਸਕਿਟ ਬਣਾਉਣੇ ਈਜ਼ੀ ਹੋ ਜਾਂਦੇ ਔਰ ਬਿਸਕਿਟ ਬਣਦੇ ਵੀ ਵਧੀਆ। ਹੁਣ ਅਸੀਂ ਸ਼ੱਕਰ ਅਤੇ ਘਿਓ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਔਰ ਉਦੋਂ ਤੱਕ ਮਿਕਸ ਕਰਦੇ ਰਵਾਂਗੇ ਜਦੋਂ ਤੱਕ ਕਿ ਇਹਦਾ ਇੱਕ ਕ੍ਰੀਮੀ ਫਲਫੀ ਪੇਸਟ ਨਹੀਂ ਬਣ ਜਾਂਦਾ। ਸ਼ੱਕਰ ਅਤੇ ਘਿਓ ਨੂੰ ਤੁਸੀਂ ਬਲੈਂਡਰ ਦੇ ਨਾਲ ਵੀ ਮਿਕਸ ਕਰ ਸਕਦੇ ਹੋ। ਬਲੈਂਡਰ ਦੇ ਨਾਲ ਤਾਂ ਇਹਨੂੰ ਮਿਕਸ ਕਰਨ ਦੇ 2 ਜਾਂ 3 ਮਿੰਟ ਹੀ ਲੱਗਦੇ ਆ, ਹੱਥ ਨਾ ਕਰਾਂਗੇ ਤਾਂ ਆਪਾਂ ਨੂੰ 7-8 ਮਿੰਟ ਲੱਗ ਜਾਂਦੇ ਆ। ਜਿੱਦਾਂ ਜਿੱਦਾਂ ਅਸੀਂ ਇਹਨੂੰ ਫੇਂਟ 'ਤੇ ਜਾਵਾਂਗੇ, ਸ਼ੱਕਰ ਦਾ ਕਲਰ ਲਾਈਟ ਹੁੰਦਾ ਜਾਊਗਾ, ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਕਾਫ਼ੀ ਕ੍ਰੀਮੀ ਅਤੇ ਲਾਈਟ ਹੋ ਗਈ ਆ। ਬਸ ਇਸ ਪੁਆਇੰਟ 'ਤੇ ਆ ਕੇ ਅਸੀਂ ਇਹਨੂੰ ਫੇਂਟਣਾ ਬੰਦ ਕਰ ਦੇਵਾਂਗੇ ਔਰ ਇਹਦੇ ਵਿੱਚ ਐਡ ਕਰਾਂਗੇ ਆਟਾ। ਆਟੇ ਦੀਆਂ ਅਸੀਂ 3 ਕੌਲੀਆਂ ਲੈ ਰਹੇ ਹਾਂ। 3 ਕੌਲੀਆਂ ਦੀ ਜਗ੍ਹਾ 'ਤੇ ਤੁਸੀਂ 2 ਕੌਲੀਆਂ ਆਟੇ ਦੀ ਔਰ 1 ਕੌਲੀ ਸੂਜੀ ਦੀ ਵੀ ਪਾ ਸਕਦੇ ਹੋ। ਔਰ ਨਾਲ ਹੀ ਅਸੀਂ ਇੱਥੇ ਐਡ ਕਰ ਰਹੇ ਹਾਂ 1/2 ਕੱਪ ਕੋਕੋਨਟ, 1/2 ਟੀਸਪੂਨ ਬੇਕਿੰਗ ਪਾਊਡਰ, 1/4 ਟੀਸਪੂਨ ਬੇਕਿੰਗ ਸੋਡਾ। ਹੁਣ ਅਸੀਂ ਇਹਨੂੰ ਉੱਪਰ ਪਹਿਲਾਂ ਮਿਕਸ ਕਰ ਲੈਂਦੇ ਹਾਂ ਆਟੇ ਅਤੇ ਬੇਕਿੰਗ ਸੋਡਾ ਅਤੇ ਬੇਕਿੰਗ ਪਾਊਡਰ ਨੂੰ, ਔਰ ਫਿਰ ਅਸੀਂ ਜਿਹੜਾ ਥੱਲੇ ਘਿਓ ਅਤੇ ਸ਼ੂਗਰ ਆ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਇੱਥੇ ਅਸੀਂ ਕੋਕੋਨਟ ਸਿਰਫ ਫਲੇਵਰ ਲਈ ਪਾਇਆ ਸੀ, ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਬਿਲਕੁਲ ਸਕਿਪ ਕਰ ਸਕਦੇ ਹੋ। ਆਟਾ ਅਤੇ ਘਿਓ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ। ਹੁਣ ਅਸੀਂ ਇਹਦਾ ਇੱਕ ਸੌਫਟ ਡੋ ਤਿਆਰ ਕਰਾਂਗੇ। ਉਹਦੇ ਲਈ ਅਸੀਂ ਇੱਥੇ ਲੈ ਰਹੇ ਹਾਂ 2 ਕੱਪ ਵਾਰਮ ਮਿਲਕ। ਹੁਣ ਅਸੀਂ ਇਹਦੇ ਵਿੱਚ ਦੁੱਧ ਥੋੜ੍ਹਾ ਥੋੜ੍ਹਾ ਕਰਕੇ ਪਾਵਾਂਗੇ ਸਾਰਾ ਦੁੱਧ, ਜੇ 1 ਵਾਰ 'ਚ ਪਾ ਲਿਆ ਹੋ ਸਕਦਾ ਡੋ ਸਾਡਾ ਬਹੁਤ ਜ਼ਿਆਦਾ ਸੌਫਟ ਹੋ ਜੇ। ਔਰ ਦੁੱਧ ਵੀ ਅਸੀਂ ਜ਼ਿਆਦਾ ਗਰਮ ਜਾਂ ਠੰਡਾ ਨਹੀਂ ਲਵਾਂਗੇ, ਕੋਸਾ ਜਿਹਾ ਹੀ ਦੁੱਧ ਹੋਣਾ ਚਾਹੀਦਾ। ਹੁਣ ਅਸੀਂ ਇੱਥੇ ਇਸ ਗੱਲ ਦਾ ਧਿਆਨ ਰੱਖਾਂਗੇ, ਜੇ ਤਾਂ ਅਸੀਂ ਬਿਸਕੁਟ ਥੋੜ੍ਹੇ ਮੋਟੇ ਬਣਾਉਣੇ ਆ ਫਿਰ ਡੋ ਨੂੰ ਥੋੜ੍ਹਾ ਜਿਹਾ ਆਪਾਂ ਟਾਈਟ ਰੱਖਾਂਗੇ, ਔਰ ਜੇ ਅਸੀਂ ਬਿਸਕਿਟ ਪਤਲੇ ਬਣਾਉਣੇ ਆ ਫਿਰ ਡੋ ਇੱਕਦਮ ਸੌਫਟ ਹੋਣਾ ਚਾਹੀਦਾ। ਡੋ 'ਚ ਅਸੀਂ ਜਿੰਨਾ ਦੁੱਧ ਪਾਉਣਾ ਸੀ ਪਾ ਚੁੱਕੇ ਹਾਂ, ਤਕਰੀਬਨ ਮੈਨੂੰ ਇੱਥੇ 1.5 ਕੱਪ ਦੁੱਧ ਦਾ ਲੱਗਿਆ। ਹੁਣ ਅਸੀਂ ਇਹਨੂੰ 2-3 ਮਿੰਟ ਲਈ ਚੰਗੀ ਤਰ੍ਹਾਂ ਨੀਡ ਕਰ ਲਵਾਂਗੇ ਔਰ ਫਿਰ ਡੋ ਨੂੰ ਅਸੀਂ ਕਵਰ ਕਰਕੇ 25-30 ਮਿੰਟ ਦੀ ਰੈਸਟ ਦੇਵਾਂਗੇ। ਸਾਨੂੰ ਇਹਦੇ ਉੱਪਰ ਕੋਈ ਘਿਓ ਵਗੈਰਾ ਲਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਅਸੀਂ ਘਿਓ ਕਾਫ਼ੀ ਪਾਇਆ, ਬਸ ਇੱਦਾਂ ਕਵਰ ਕਰਕੇ ਅਤੇ ਰੱਖ ਦੇਵਾਂਗੇ। ਲਓ ਜੀ, ਡੋ ਰੱਖੇ ਨੂੰ 1/2 ਘੰਟਾ ਹੋ ਚੁੱਕਿਆ। ਹੁਣ ਅਸੀਂ ਇਹਨੂੰ 1 ਵਾਰ ਫਿਰ ਤੋਂ ਥੋੜ੍ਹੀ ਦੇਰ ਲਈ ਨੀਡ ਕਰਾਂਗੇ, ਤਕਰੀਬਨ 2-3 ਮਿੰਟ ਲਈ, ਔਰ ਦੂਜੀ ਸਾਈਡ 'ਤੇ ਅਸੀਂ ਅਵਨ ਨੂੰ ਪ੍ਰੀ ਹੀਟ ਕਰਨ ਲਈ ਲਾਤਾ 150 ਡਿਗਰੀ 'ਤੇ, ਔਰ ਜਿੰਨੇ 'ਚ ਸਾਡਾ ਅਵਨ ਗਰਮ ਹੋਊਗਾ ਉਹਨੇ 'ਚ ਅਸੀਂ ਡੋ ਨੂੰ ਨੀਡ ਕਰਕੇ ਅਤੇ ਕੁੱਕੀਆਂ ਬਣਾ ਲਵਾਂਗੇ। ਡੋ ਸਾਡਾ ਰੈਡੀ ਹੈ, ਇਹਨੂੰ ਹੁਣ ਅਸੀਂ ਸਾਈਡ 'ਤੇ ਰੱਖਦੇ ਹਾਂ। ਅੱਜ ਅਸੀਂ ਬਿਸਕਿਟ ਬਣਾ ਰਹੇ ਹਾਂ ਇਸ ਤਰੀਕੇ ਦੀ ਮਸ਼ੀਨ ਨਾਲ, ਇਹ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ 'ਚ ਦਿਖਾਈ ਆ, ਬਿਸਕਿਟ ਵਾਲੀ ਜਾਲੀ ਆ ਹੁੰਦੀ ਆ। ਹੁਣ ਅਸੀਂ ਡੋ ਦਾ 1 ਲੌਗ ਬਣਾ ਕੇ ਅਤੇ ਮਸ਼ੀਨ ਦੇ ਵਿੱਚ ਪਾਵਾਂਗੇ, ਔਰ ਮਸ਼ੀਨ ਦੇ ਵਿੱਚ ਘਿਓ ਲਾ ਕੇ ਮੈਂ ਪਹਿਲਾਂ ਹੀ ਤਿਆਰ ਕਰਕੇ ਰੱਖੀ ਹੋਈ ਸੀਗੀ। ਹੁਣ ਅਸੀਂ ਦਬਾ ਦਬਾ ਕੇ ਇਸ ਤਰੀਕੇ ਨਾਲ ਡੋ ਪਾਵਾਂਗੇ। ਇਸ ਤਰੀਕੇ ਦੀ ਮਸ਼ੀਨ ਤੁਹਾਨੂੰ ਕੈਨੇਡਾ 'ਚ ਕਿੱਥੋਂ ਮਿਲੂਗੀ, ਮੈਂ ਪਹਿਲੀਆਂ ਕਈ ਵੀਡੀਓਜ਼ 'ਚ ਦੱਸਿਆ ਹੋਇਆ, ਪਰ ਜੇ ਤੁਸੀਂ ਅੱਜ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੈਂ ਤੁਹਾਨੂੰ ਦੱਸ ਦੇਵਾਂ, ਤੁਸੀਂ ਕਿਸੇ ਵੀ ਇੰਡੀਅਨ ਗ੍ਰੋਸਰੀ ਸਟੋਰ ਤੋਂ ਲੈ ਸਕਦੇ ਹੋ, ਔਰ ਜੇ ਤੁਹਾਨੂੰ ਗ੍ਰੋਸਰੀ ਸਟੋਰ ਤੋਂ ਨਾ ਮਿਲੇ ਫਿਰ ਤੁਸੀਂ ਐਮਾਜ਼ੋਨ ਤੋਂ ਵੀ ਬਾਏ ਕਰ ਸਕਦੇ ਹੋ। ਲਓ ਜੀ, ਡੋ ਤਾਂ ਅਸੀਂ ਪਾ ਲਿਆ ਔਰ ਮਸ਼ੀਨ ਨੂੰ ਬੰਦ ਕਰਕੇ ਅਸੀਂ ਪਹਿਲਾਂ ਚੈੱਕ ਕਰ ਲਵਾਂਗੇ ਕਿ ਇਹਦੇ ਵਿੱਚੋਂ ਬਿਸਕਿਟ ਵਧੀਆ ਬਣ ਰਹੇ ਆ। ਹਾਂਜੀ, ਬੜੀ ਆਸਾਨੀ ਨਾਲ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਬਿਸਕਿਟ ਬਣਦੇ ਪਏ ਆ, ਬਸ ਹੁਣ ਅਸੀਂ ਬਿਸਕਿਟ ਬਣਾਉਣੇ ਸ਼ੁਰੂ ਕਰਦੇ ਹਾਂ। ਬੇਕਿੰਗ ਟ੍ਰੇ ਦੇ ਵਿੱਚ ਅਸੀਂ ਆਲਰੇਡੀ ਬੇਕਿੰਗ ਸ਼ੀਟ ਲਾਈ ਹੋਈ ਆ, ਹੁਣ ਅਸੀਂ ਹੱਥ ਦੇ ਉੱਪਰ ਬਣਾ ਬਣਾ ਕੇ ਬਿਸਕਿਟ 'ਤੇ ਇਹਦੇ ਵਿੱਚ ਰੱਖਦੇ ਜਾਵਾਂਗੇ, ਜਾਂ ਸਿੱਧਾ ਹੀ ਜੇ ਤੁਸੀਂ ਟ੍ਰੇ ਦੇ ਵਿੱਚ ਬਣਾਉਣਾ ਪਸੰਦ ਕਰਦੇ ਹੋ ਤਾਂ ਟ੍ਰੇ ਦੇ ਵਿੱਚ ਵੀ ਰੱਖ ਕੇ ਬਣਾ ਸਕਦੇ ਹੋ, ਜਿਵੇਂ ਵੀ ਤੁਹਾਨੂੰ ਈਜ਼ੀ ਲੱਗੇ। ਪਰ ਅਸੀਂ ਇਸ ਗੱਲ ਦਾ ਧਿਆਨ ਰੱਖਾਂਗੇ ਕਿ ਬਿਸਕਿਟ ਅਸੀਂ ਜ਼ਿਆਦਾ ਕੋਲ ਨਹੀਂ ਰੱਖਣੇ, ਕਿਉਂਕਿ ਅਸੀਂ ਜਦੋਂ ਇਹਨਾਂ ਨੂੰ ਬੇਕ ਕਰਨਾ ਇਹਨਾਂ ਦਾ ਸਾਈਜ਼ ਥੋੜ੍ਹਾ ਜਿਹਾ ਵੱਡਾ ਹੋ ਜਾਊਗਾ, ਕਿਉਂਕਿ ਅਸੀਂ ਇਹਦੇ ਵਿੱਚ ਬੇਕਿੰਗ ਸੋਡਾ ਅਤੇ ਬੇਕਿੰਗ ਪਾਊਡਰ ਪਾਇਆ ਜਿਹਦੇ ਨਾਲ ਡੋ ਫੁੱਲੂਗਾ, ਔਰ ਜੇ ਬਿਸਕਿਟ ਨੇੜੇ ਹੋਏ ਤਾਂ ਇੱਕ ਦੂਜੇ ਦੇ ਨਾਲ ਚਿਪਕ ਜਾਣਗੇ। ਹੁਣ 1 ਵਾਰ 'ਚ ਜਿੰਨੇ ਵੀ ਬਿਸਕਿਟ ਤੁਹਾਡੀ ਬੇਕਿੰਗ ਟ੍ਰੇ ਦੇ ਵਿੱਚ ਆ ਜਾਣ ਤੁਸੀਂ ਬਣਾ ਸਕਦੇ ਹੋ। ਮੇਰੀ ਟ੍ਰੇ ਦੇ ਵਿੱਚ 18-19 ਬਿਸਕਿਟ ਬਣ ਜਾਂਦੇ ਹੁੰਦੇ ਆ, ਔਰ ਜਿੱਡੇ ਸਾਈਜ਼ ਦੇ ਮੈਂ ਬਿਸਕਿਟ ਬਣਾਉਂਦੀ ਹਾਂ 3 ਕੌਲੀ ਆਟੇ ਦੇ ਨਾਲ 80-85 ਬਿਸਕਿਟ ਬਣ ਕੇ ਤਿਆਰ ਹੋ ਜਾਂਦੇ ਹੁੰਦੇ ਆ।
और जो असी सारे बिस्किट बना ले असी हाथ दे नाल इस तरीके नाल इन्हां नूं थोड़ा सैट कर सकते हैं। बिस्किट साढ़े रेडी है बेक करने लई। असी 150 डिग्री ते अवन नूं प्री हीट किया और असी इन्हू 15 to 17 मिनट लिए बेक करांगे। हर अवन दे विच टैंपरेचर थोड़ा फर्क हुंदा है, सो तुहानू आप नूं देखना पैना कि किन्ना क टाइम तुहानू लग रहा। बिस्किट साढ़े तैयार आ, ट्रे असी अवन दे विचों कढ लई। हुण बिस्किट कढ के असी कूलिंग रैक के उपर रखांगे। कुछ बिस्किट साढ़े ऑलरेडी बन के तैयार आ, मैं कैमरा ऑन करना भुल गई सी। हुण असी सारे बिस्किट एक एक करके रख लवांगे कि चंगी तरह ठंडे हो जाण। गुड़ वाले बिस्किटां दा कलर शुगर वाले बिस्किटां दे कलर तो थोड़ा जा डार्क हुंदा है, जिवें कि तुसीं देख रहे हो। बाकी तुहाडी अपनी चॉइस आ कि तुसीं बिस्किटां नूं किन्ना कराड़ना। बिस्किट असीं सारे तैयार कर लए आ, मैं तुहानूं एक बिस्किट दिखाउनी आ दोवें साइडां तों कि बिस्किट साढ़े किन्ने वधिया तरीके नाल बणे आ, तोड़ के भी दिखाउनी आ। और इत्थे ही करदे आ असीं अज दी वीडियो दा एंड। अज दी वीडियो तुहानूं किवें लगी लाइक ते कमेंट करके जरूर दस्सिओ। जे वीडियो पसंद आई फैमिली ते फ्रेंड्स नाल शेयर करिओ और हले तक चैनल नूं सबसक्राइब नहीं किया तो चैनल नूं सबसक्राइब करो। जल्दी मिलेंगे एक नवी वीडियो के नाल। तद तक लई सत श्री अकाल। थैंक्स फॉर वॉचिंग माई वीडियोज़।